ਗੁਰੂ ਹਰਕ੍ਰਿਸ਼ਨ ਪਾਲਿਕਲਿਨਿਕ ਬੰਗਲਾ ਸਾਹਿਬ ਵਿਖੇ ਪਿਛਲੇ ਕਈ ਸਮੇਂ ਤੋਂ ਕਈ ਸੇਵਾਵਾਂ ਚੱਲ ਰਹੀਆਂ ਹਨ ਜਿਸ ਵਿੱਚ ਐਮ ਆਰ ਆਈ ਸੀਟੀ ਸਕੈਨ ਆਪੀਟੀ ਅਤੇ ਹੋਰ ਕਈ ਸੇਵਾਵਾਂ ਹਨ ਅੱਜ ਉਸੇ ਕੜੀ ਵਿੱਚ ਦੋ ਹੋਰ ਨਵੀਆਂ ਮਸ਼ੀਨਾਂ ਦਾ ਵਾਅਦਾ ਹੋਣ ਜਾ ਰਿਹਾ ਹੈ ਇਸ ਪਾਲਿਕਲਿਨਿਕ ਦੇ ਚੇਅਰਮੈਨ ਭੁਪਿੰਦਰ ਸਿੰਘ ਪੁੱਲਰ ਨੇ ਗੱਲਬਾਤ ਕਰਦਿਆਂ ਕਿਹਾ ਸਰ ਜਿਹੜਾ ਹੈ ਅੱਜ ਮਸ਼ੀਨ ਆਈਐਸ ਨੂੰ ਲੈ ਕੇ ਕੀ ਕਹਿਣਾ ਹੈ ਇਹ ਅੱਜ ਗੁਰੂ ਹਰਕ੍ਰਿਸ਼ਨ ਪਾਲਿਕਲਿਨਿਕ ਬੰਗਲਾ ਸਾਹਿਬ ਗੁਰਦਾਰੇ ਵਿਖੇ ਜੋ ਪਹਿਲਾਂ ਸੇਵਾਵਾਂ ਚੱਲਦੀਆਂ ਪਈਆਂ ਐ ਅੱਜ ਉਹਦੇ ਵਿੱਚ ਇੱਕ ਨਵਾਂ ਮੀਲ ਪੱਥਰ ਹੈਗਾ ਅੱਜ ਜੋ ਤੁਸੀਂ ਇਹ ਮਸ਼ੀਨ ਮੇਰੇ ਪਿੱਛੇ ਦੇਖ ਰਹੇ ਹੋ ਇਹ ਐਡਵਿਆ ਸੈਂਟੋਰ ਐਕਸਪੀ ਸੀਮੰਸ ਦੀ ਬਲੱਡ ਟੈਸਟਿੰਗ ਦੀ ਮਸ਼ੀਨ ਹੈਗੀ ਆ ਜਿਹੜਾ ਕਿ ਇੱਕ ਬਹੁਤ ਹੀ ਹਾਈ ਕੁਆਲਿਟੀ ਮਸ਼ੀਨ ਹੈਗੀ ਆ ਜੋ ਸਾਨੂੰ ਪਿਛਲੇ ਦਿਨੀ ਇੱਕ ਕਿਸੇ ਪਰਿਵਾਰ ਵੱਲੋਂ ਇਹ ਸੇਵਾ ਆਈ ਸੀ ਔਰ ਇਹ ਅੱਜ ਬੜੀ ਖੁਸ਼ੀ ਦੀ ਗੱਲ ਹੈਗੀ ਆ ਕਿ ਇਹ ਮਸ਼ੀਨ ਹੁਣ ਇਹ ਤੁਸੀਂ ਦੇਖ ਰਹੇ ਹੋ ਇੱਥੇ ਜਿਹੜੀ ਮੇਰੀ ਲੈਬ ਹੈਗੀ ਆ ਇਸ ਲੈਬ ਦੇ ਵਿੱਚ ਇਹ ਮਸ਼ੀਨ ਹੁਣ ਸੰਗਤਾਂ ਵਾਸਤੇ ਇੱਕਦਮ ਰੈਡੀ ਹੈਗੀ ਆ ਇੰਸਟਾਲ ਹੋ ਚੁੱਕੀ ਹੈ ਮਸ਼ੀਨ ਔਰ ਵਿਦਿਨ 3-4 ਡੇਸ ਦੇ ਵਿੱਚ ਅੱਤੇ ਸਾਰੇ ਟੈਸਟ ਹੋਣੇ ਸ਼ੁਰੂ ਹੋ ਜਾਣਗੇ ਇਸ ਮਸ਼ੀਨ ਬਾਰੇ ਥੋੜੇ ਦੱਸਣਾ ਚਾਹੋਗੇ ਕਿ ਇਸ ਮਸ਼ੀਨ ਦੇ ਵਿੱਚ ਕਿਹੜੇ-ਕਿਹੜੇ ਟੈਸਟ ਹੋਦੇ ਕਿਹੜਾ ਇਹ ਮਸ਼ੀਨ ਜਿਹੜੀ ਹੈਗੀ ਆ ਇਹ ਮਸ਼ੀਨ ਇਸ ਟਾਈਮ ਲੇਟੈਸਟ ਟੈਕਨੋਲੋਜੀ ਦੀ ਮਸ਼ੀਨ ਹੈਗੀ ਆ ਵਰਲਡ ਕਲਾਸ ਮਸ਼ੀਨ ਹੈਗੀ ਆ ਇਹਦੇ ਅੰਦਰ 240 ਟਾਈਪ ਦੇ ਟੈਸਟ 1 ਘੰਟੇ ਦੇ ਵਿੱਚ ਹੋਣਗੇ ਜਿਹਨੂੰ ਜਿਵੇਂ ਕਿ ਅਗਰ ਆਪਾਂ ਗੱਲ ਕਰੀਏ ਕੈਂਸਰ ਦੇ ਟੈਸਟ ਹੋਗੇ ਥਾਇਰੋਇਡ ਦੇ ਟੈਸਟ ਹੋਗੇ ਟਿਊਮਰਸ ਦੇ ਟੈਸਟ ਹੋਗੇ ਕਾਰਡੀਓ ਦੇ ਟੈਸਟ ਹੋਗੇ ਜਿੰਨੇ ਵੀ ਮੈਕਸਿਮਮ ਇਵਨ ਥੈਨ ਜਿਹੜੇ ਪ੍ਰੈਗਨancies ਦੇ ਟੈਸਟ ਵੀ ਹੁੰਦੇ ਨੇ ਜਿਹੜੇ ਬੜੇ ਡੀਪਲੀ ਟੈਸਟ ਹੁੰਦੇ ਨੇ ਉਹ ਸਾਰੇ ਟੈਸਟ ਇਹਦੇ ਅੰਦਰ ਵਿਦ ਕੁਆਲਿਟੀ 1 ਘੰਟੇ ਦੇ ਵਿੱਚ ਵਿੱਚ ਹੋਣਗੇ ਵੀ ਸਾਡੇ ਕੋਲ ਇੱਕ ਨਵੀਂ ਮਸ਼ੀਨ ਆਈ ਇਹ ਵੀ ਇਹ ਬਾਇਓਕੈਮਿਸਟਰੀ ਦੀ ਮਸ਼ੀਨ ਹੈਗੀ ਆ ਇਹਦੇ ਅੰਦਰ ਵੀ ਬਲੱਡ ਦੇ ਟੈਸਟ ਵਾਸਤੇ ਵਾਸਤੇ ਆਈ ਹੈਗੀ ਆ ਇਹਦੇ ਅੰਦਰ ਵੀ ਡਿਫਰੈਂਟ ਡਿਫਰੈਂਟ ਟੈਸਟਸ ਹੋਣਗੇ ਜਿਵੇਂ ਕਿ ਆਪਣੇ ਕਾਰਡੀਓ ਦੇ ਟੈਸਟ ਹੁੰਦੇ ਨੇ ਐਲ ਐਫ ਟੀ ਹੈ ਕੇ ਐਫ ਟੀ ਹੈਗੀ ਆ ਔਰ ਹੋਰ ਵੀ ਜਿਹੜੇ ਬਾਡੀ ਪਾਰਟ ਦੇ ਟੈਸਟ ਹੁੰਦੇ ਨੇ ਸਾਰੇ ਟੈਸਟ ਇਹਦੇ ਅੰਦਰ ਇੱਕ ਇੱਕ ਕੁਆਲਿਟੀ ਦੇ ਇੱਕ ਨੰਬਰ ਕੁਆਲਿਟੀ ਦੇ ਵਿੱਚ ਹੋਣਗੇ ਜਿਦਿ ਕੀ ਰਿਜ਼ਲਟ ਜਿਹੜੇ ਹੈਗੇ ਨੇ ਉਹ ਵਰਲਡ ਕਲਾਸ ਰਿਜ਼ਲਟਸ ਹੋਣਗੇ ਆਪਾਂ ਨੂੰ ਇੱਥੇ ਟੈਸਟ ਕਰਾ ਕੇ ਕਿਤੇ ਹੋਰ ਜਗ੍ਹਾ ਜਾ ਕੇ ਦੁਬਾਰਾ ਟੈਸਟ ਕਰਾਣ ਦੀ ਕੋਈ ਲੋੜ ਨਹੀਂ ਰਹੇਗੀ ਇਹ ਜੋ ਤੁਸੀਂ ਮੇਰੇ ਪਿੱਛੇ ਮਸ਼ੀਨ ਦੇਖ ਰਹੇ ਹੋਗੇ ਉਹ ਇਹ ਮੈਮੋਗ੍ਰਾਫੀ ਦੀ ਮਸ਼ੀਨ ਹੈਗੀ ਆ ਇਹ ਬੰਗਲਾ ਸਾਹਿਬ ਗੁਰਦੁਆਰੇ ਹਸਪੀਟਲ ਦੇ ਵਿੱਚ ਇਹ ਵੀ ਇੱਕ ਨਵਾਂ ਮੀਲ ਪੱਥਰ ਅੱਜ ਤੋਂ ਸਟਾਰਟ ਹੁੰਦਾ ਪਿਆ ਹੈ ਇਹ ਮਸ਼ੀਨ ਇੱਥੇ ਲਾ ਕੇ ਇੰਸਟਾਲ ਹੋ ਕੇ ਸਟਾਰਟ ਹੈਗੀ ਆ ਇਹ ਵੀ ਹਫ਼ਤੇ ਦੇ ਵਿੱਚ ਵਿੱਚ ਸੰਗਤਾਂ ਵਾਸਤੇ ਸੰਗਤਾਂ ਨੂੰ ਆਪਣੀ ਸਰਵਿਸਿਜ਼ ਦੇਣਗੀ ਇਹ ਮਸ਼ੀਨ ਜਿਹੜੀ ਲੇਡੀਜ਼ ਦੇ ਵਿੱਚ ਬਹੁਤ ਜ਼ਿਆਦਾ ਅ ਅੱਜਕੱਲ ਚੈਸਟ ਦੇ ਕੈਂਸਰ ਦੀ ਸ਼ਿਕਾਇਤ ਆਉਂਦੀ ਹੈ ਇਹ ਉਹਦੇ ਵਾਸਤੇ ਮਸ਼ੀਨ ਹੈਗੀ ਆ ਇਹ ਜਿਹੜਾ ਟੈਸਟ ਹੈਗਾ ਮਾਰਕੀਟ ਦੇ ਵਿੱਚ ਇਹ 22 ਤੋਂ 3000 ਰੁਪਏ ਤੱਕ ਨਾਰਮਲ ਹੁੰਦਾ ਹੈ ਜੇ ਉਹਨੂੰ ਡਿਜੀਟਲ ਕਰਵਾਉਣਾ ਹੋਏ ਤੇ 3 ਤੋਂ 8-10000 ਰੁਪਏ ਤੱਕ ਦਾ ਇਹਦਾ ਰੇਟ ਹੈਗਾ ਇਹ ਵੀ ਅਸੀਂ ਇੱਥੇ ਬਹੁਤ ਹੀ ਨਾਮਾਤ ਰੇਟ ਦੇ ਉੱਤੇ ਰੱਖਾਂਗੇ ਔਰ ਮੈਂ ਸਮਝਦਾ ਕਿ ਇਹ ਇਸ ਮਸ਼ੀਨ ਦੇ ਨਾਲ ਵੀ ਬਹੁਤ ਸਾਰੇ ਜਿਹੜੀ ਸੰਗਤਾਂ ਨੇ ਜਿਹੜੀ ਕਿ ਮਹਿੰਗੇ ਹਸਪਤਾਲਾਂ 'ਚ ਜਾ ਕੇ ਟੈਸਟਿੰਗ ਕਰਵਾ ਸਕਦੇ ਇਸ ਮਸ਼ੀਨ ਦਾ ਲਾਹਾ ਲੈ ਕੇ ਇਹ ਆਪਣਾ ਬਹੁਤ ਇਹਦੀ ਸੇਵਾਵਾਂ ਇਹ ਲੈਣਗੇ